ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਈਲੈਟਸ 7 'ਤੇ। ਤਾਂ ਲੈ ਕੇ ਆ ਚੁੱਕੇ ਹਾਂ ਤੁਹਾਡੇ ਲਈ ਇੱਕ ਹੋਰ ਇਨਫੋਰਮੇਟਿਵ ਵੀਡੀਓ। ਇਸ ਵੀਡੀਓ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਕੈਨੇਡਾ ਸਰਕਾਰ ਵੱਲੋਂ ਕਿੱਦਾਂ PR ਦੇ ਕਾਨੂੰਨ ਲਗਾਤਾਰ ਸਖ਼ਤ ਕੀਤੇ ਜਾ ਰਹੇ, ਨਵੀਆਂ ਅਪਡੇਟ ਲਿਆਉਂਦੀਆਂ ਜਾ ਰਹੀਆਂ ਨੇ, ਉਹਦੇ ਬਾਰੇ ਗੱਲਬਾਤ ਕਰਾਂਗੇ। ਤਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ। ਜੇਕਰ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਅਸੀਂ ਤੁਹਾਡੇ ਲਈ ਇੱਦਾਂ ਦੀ ਇਨਫੋਰਮੇਟਿਵ ਵੀਡੀਓ ਲਿਆਉਂਦੇ ਰਹਿੰਦੇ ਹਾਂ। ਕੋਈ ਵੀ ਅਪਡੇਟ ਕੈਨੇਡਾ ਸਰਕਾਰ ਵੱਲੋਂ ਆਉਂਦੀ ਹੈ ਤੁਹਾਡੇ ਨਾਲ ਉਸੇ ਟਾਈਮ ਅਸੀਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਨਾਲ ਜ਼ਰੂਰ ਦਬਾ ਲੈਣਾ ਤਾਂ ਤੁਹਾਡਾ ਬਿਨਾਂ ਸਮਾਂ ਬਰਬਾਦ ਕੀਤੇ ਚਲੋ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਕੈਨੇਡਾ ਸਰਕਾਰ ਵੱਲੋਂ ਜੋ ਇੱਕ ਅੰਕੜਾ ਸਾਹਮਣੇ ਲਿਆਂਦਾ ਗਿਆ ਹੈ, ਉਸ ਵਿੱਚ ਜੋ ਹੈ ਉਹ ਦੱਸਿਆ ਗਿਆ ਹੈ ਕਿ ਤਕਰੀਬਨ 25 ਲੱਖ ਦੇ ਕਰੀਬ ਜੋ ਉੱਥੇ ਕੈਨੇਡਾ ਵਿੱਚ ਲੋਕ ਰਹਿ ਰਹੇ ਨੇ ਉਹ PR ਦੀ ਐਪਲੀਕੇਸ਼ਨ ਲਈ ਅਪਲਾਈ ਕਰ ਰਹੇ ਨੇ ਅਤੇ ਕੈਨੇਡਾ ਸਰਕਾਰ ਵੱਲੋਂ ਸਿਰਫ 5 ਲੱਖ ਲੋਕਾਂ ਨੂੰ ਹੀ PR ਜੋ ਹੈ ਉਹ ਕਰਨਾ ਚਾਹ ਹੈ। ਤਾਂ ਜੋ ਰਹਿੰਦੇ 20 ਲੱਖ ਨੇ ਉਹਨਾਂ ਲਈ ਇਹ ਸਫ਼ਰ ਕਾਫ਼ੀ ਔਖਾ ਹੋਵੇਗਾ PR ਦਾ, ਕਿਉਂਕਿ ਉਹਨਾਂ ਨੂੰ ਸ਼ਾਇਦ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਤਾਂ ਇਹ ਬਹੁਤ ਹੀ ਵੱਡੀ ਜੋ ਅਪਡੇਟ ਹੈ ਉਹ ਕੈਨੇਡਾ ਸਰਕਾਰ ਵੱਲੋਂ ਸ਼ੇਅਰ ਕੀਤੀ ਗਈ ਹੈ। ਤਾਂ ਜੋ ਕੀ ਦੇਖਣ ਨੂੰ ਮਿਲ ਰਿਹਾ ਹੈ ਕਿ ਲੋਕ ਜੋ ਹੈ ਉਹ ਬੱਚੇ ਜੋ ਨੇ ਉਹ ਨਵੀਆਂ ਪ੍ਰੋਵਿੰਸਾਂ ਵਿੱਚ ਮੂਵ ਹੋ ਰਹੇ ਆ। ਕੁਝ ਪ੍ਰੋਵਿੰਸਾਂ ਉਹਨਾਂ ਲਈ ਫਾਇਦੇਮੰਦ ਵੀ ਨੇ, ਜਿੱਦਾਂ ਕਿ ਮੈਨੀਟੋਬਾ ਜੋ ਪ੍ਰੋਵਿੰਸ ਸੀ ਉਹਨਾਂ ਨੇ ਨਵੇਂ ਜੋ ਹੈ ਉਹ PR ਦੇ ਜੋ ਸਕੀਮਾਂ ਕੱਢੀਆਂ ਸੀ ਅਤੇ ਉਹਨਾਂ ਵਿੱਚ ਕਾਫ਼ੀ ਜੋ ਹੈ ਉਹ ਪੰਜਾਬੀ ਭਾਰਤੀਆਂ ਨੂੰ ਫਾਇਦਾ ਹੋਇਆ ਹੈ। ਅਤੇ ਜੋ ਹੋਰ ਪ੍ਰੋਵਿੰਸਾਂ ਨੇ ਜਿੱਦਾਂ ਕਿ ਪ੍ਰਿੰਸ ਐਡਵਰਡ ਜੋ ਪ੍ਰੋਵਿੰਸ ਹੈ ਉੱਥੇ ਬੱਚੇ PR ਹੋਣ ਲਈ ਮੂਵ ਹੋਏ, ਅਤੇ ਉੱਥੇ ਦੀ ਸਰਕਾਰ ਨੇ ਕੀ ਕੀਤਾ ਕਿ ਉਹਨਾਂ ਨੇ ਇਮੀਗ੍ਰੇਸ਼ਨ ਜੋ ਉਹਨਾਂ ਦੀ ਇਮੀਗ੍ਰੇਸ਼ਨ ਹੈ ਉਹਨਾਂ ਨੇ PR ਦੇ ਜੋ ਰੂਲ ਹੀ ਚੇਂਜ ਕਰ ਦਿੱਤੇ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਜੋ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਨੇ ਅਤੇ ਇਹਨਾਂ ਨੂੰ ਅਸੀਂ ਵਾਪਸ ਭੇਜਾਂਗੇ ਇੱਥੇ, ਇਹਨਾਂ ਨੂੰ ਹੁਣ ਅਸੀਂ ਨਹੀਂ ਰੱਖ ਸਕਦੇ, ਇਹਨਾਂ ਦਾ ਕੰਮ ਇੱਥੋਂ ਖਤਮ ਹੋ ਚੁੱਕਾ ਹੈ। ਤਾਂ ਬੱਚੇ ਉੱਥੇ ਪ੍ਰੋਟੈਸਟ ਕਰ ਰਹੇ ਨੇ, ਬੱਚੇ ਆਪਣੇ ਹੱਕਾਂ ਲਈ ਲੜ ਰਹੇ ਨੇ। ਤਾਂ ਇਹ ਕਾਫ਼ੀ ਚੀਜ਼ਾਂ ਜੋ ਹੈ ਉਹ ਦੇਖਣ ਨੂੰ ਮਿਲ ਰਹੀਆਂ ਨੇ ਅਲੱਗ ਅਲੱਗ ਪ੍ਰੋਵਿੰਸਾਂ ਦੁਆਰਾ। ਤਾਂ ਜੋ ਬੱਚਿਆਂ ਨੂੰ ਹੁਣ PR ਲੈਣ ਵਿੱਚ ਕਾਫ਼ੀ ਮੁਸ਼ਕਿਲ ਆ ਸਕਦੀ ਹੈ ਜਿਨ੍ਹਾਂ ਨੇ PR ਲਈ ਅਪਲਾਈ ਕਰਨਾ ਹੈ ਅੱਗੇ, ਕਿਉਂਕਿ ਇਹ ਰਾਹ ਹੁਣ ਪੱਧਰਾ ਨਹੀਂ ਰਿਹਾ। ਇਸ ਰਾਹ ਵਿੱਚ ਕਾਫ਼ੀ ਜੋ ਹੈ ਉਹ ਸਰਕਾਰ ਰੋੜੇ ਸਿੱਟਦੀ ਨਜ਼ਰ ਆ ਰਹੀ ਹੈ। ਤਾਂ ਜੋ ਹੁਣ ਬੱਚਿਆਂ ਨੂੰ ਕੀ ਕਰਨਾ ਚਾਹੀਦਾ, ਜੋ ਬੱਚੇ ਤਾਂ ਨੇ ਜੋ ਹੈਲਥ ਜੋ ਸਟਰੀਮ ਨਾਲ ਰਿਲੇਟਡ ਨੇ ਉਹਨਾਂ ਨੂੰ ਫਾਇਦਾ ਹੋ ਸਕਦਾ, ਕਿਉਂਕਿ ਸਰਕਾਰ ਜ਼ਿਆਦਾ ਪਹਿਲ PR ਲਈ ਉਹਨਾਂ ਲੋਕਾਂ ਉਹਨਾਂ ਬੱਚਿਆਂ ਨੂੰ ਦੇ ਰਹੀ ਹੈ ਜੋ ਫਰੈਂਚ ਬੋਲਣੀ ਆਉਂਦੀ ਹੈ ਜਿਨ੍ਹਾਂ ਨੂੰ, ਅਤੇ ਜਿਨ੍ਹਾਂ ਕੋਲ ਜੋ ਹੈ ਉਹ ਹੈਲਥ ਕੇਅਰ ਨਾਲ ਰਿਲੇਟਡ ਜੋ ਹੈ ਉਹ ਕੋਰਸ ਨੇ ਉਹਨਾਂ ਨੂੰ ਜ਼ਿਆਦਾ ਪਹਿਲ ਦੇ ਰਹੇ ਨੇ ਉਹ PR ਦੇ ਲਈ। ਤਾਂ ਕੀ ਦੇਖਣ ਨੂੰ ਮਿਲ ਰਿਹਾ ਕਿ ਜੋ ਪੰਜਾਬੀ ਭਾਰਤੀ ਨੇ ਉਹ ਇਹਨਾਂ ਦੋਨਾਂ ਸਟਰੀਮਾਂ ਵਿੱਚ ਜੋ ਹੈ ਉਹ ਕਾਫ਼ੀ ਜ਼ਿਆਦਾ ਘੱਟ ਨੇ, ਤਾਂ ਕਰਕੇ ਉਹਨਾਂ ਨੂੰ PR ਲੈਣ ਲਈ ਕਾਫ਼ੀ ਔਖਾ ਹੋ ਸਕਦਾ ਹੈ, ਕਿਉਂਕਿ ਹੈਲਥ ਕੇਅਰ ਅਤੇ ਫਰੈਂਚ ਬੋਲਣ ਵਾਲੇ ਜੋ ਕੋਰਸ ਵਿੱਚ ਆਪਣੇ ਪੰਜਾਬੀ ਭਾਰਤੀਆਂ ਰੁਝਾਨ ਘੱਟ ਹੈ ਤਾਂ ਉਹ ਘੱਟ ਨੇ ਇਸ ਕੋਰਸ ਦੇ ਵਿੱਚ। ਤਾਂ ਸਰਕਾਰ ਇਹੀ ਦੋਨਾਂ ਜੋ ਹੈ ਉਹ ਫੀਲਡਾਂ ਨੂੰ ਜ਼ਿਆਦਾ ਪ੍ਰੈਫਰੈਂਸ ਦੇ ਰਹੀ ਹੈ PR ਦੇ ਲਈ। ਤਾਂ ਇਹ ਕਾਫ਼ੀ ਜ਼ਿਆਦਾ ਵੱਡੀ ਅਪਡੇਟ ਸੀ, ਸਾਨੂੰ ਤੁਹਾਡੇ ਨਾਲ ਸ਼ੇਅਰ ਕਰਨੀ ਜ਼ਰੂਰੀ ਲੱਗੀ, ਤਾਂ ਤੁਹਾਡੇ ਲਈ ਅਸੀਂ ਵੀਡੀਓ ਲੈ ਕੇ ਹਾਜ਼ਰ ਹੋ ਚੁੱਕੇ ਸੀ। ਵੀਡੀਓ ਜੇਕਰ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਹਨੂੰ ਲਾਈਕ ਜ਼ਰੂਰ ਕਰ ਦੇਣਾ। ਚੈਨਲ 'ਤੇ ਨਵੇਂ ਹੋ ਤਾਂ ਦੁਬਾਰੇ ਕਹਿ ਰਹੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਸਾਨੂੰ ਵੀ ਮੋਟੀਵੇਸ਼ਨ ਦੀ ਲੋੜ ਹੈ ਇਸ ਲਈ, ਤਾਂ ਕਿ ਤੁਹਾਡੇ ਲਈ ਹੋਰ ਵੀਡੀਓਜ਼ ਲਿਆ ਸਕੀਏ, ਨਵੀਆਂ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਜਲਦੀ ਤੋਂ ਜਲਦੀ। ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਜਲਦੀ ਮਿਲਦੇ ਹਾਂ ਨਵੀਂ ਵੀਡੀਓ ਵਿੱਚ। ਧੰਨਵਾਦ।